ਤੁਸੀਂ ਲਈ ਇਹ ਛੋਡੇ ਲਾ ਕੇ ਉਹਨਾਂ ਦੇ ਘਰ ਛੱਡਿਆ ਆ। ਜੇ 250 ਦੀ ਆਉਂਦੀ ਆ ਤਾਂ 6 ਦਾ ਪੂਰਾ ਸੈੱਟ ਕਰਾ ਲਓ। ਚੱਲ ਪਰੇ ਪਾਣੀ ਮੂੰਹ ਰਾਹ ਆਉਣ ਲੱਗ ਪਿਆ ਕਿਉਂਕਿ ਤੇਰੀ ਤਾਂ ਵਾਇਰਿੰਗ ਗਲਤ ਆ, ਤੇਰੇ ਤਾਂ ਕਿਤੇ ਹੋਰ ਪਾਸੇ ਆਉਂਦਾ। ਇਹ ਦੱਸਾਂ ਜੀ ਹੁਣ ਮੈਨੂੰ ਤਿਆਰੀ ਹੋ ਜਾਣ ਵਾਸਤੇ। ਚਲ ਮੇਰੀ ਭੈਣ ਦੱਸ ਕੀ ਪੱਕਾ ਸਹੀ ਸੇ ਦੱਸੀ ਭੁੱਖ ਲੱਗੀ। ਮੈਂ ਕਿਹਾ ਕਰੇਲੇ ਗੋਸ਼ਤ। ਕਰੇਲੇ ਕਰੇਲੇ ਗੋਸ਼ਤ? ਹਾਂਜੀ ਹਾਂਜੀ। ਕਰੇਲੇ ਦੀ ਗੋਸ਼ਤ ਕਿਹੜਾ ਪਾਇਆ? ਪੁੱਠ ਦਾ। ਪੁੱਠ ਦਾ ਪਾਇਆ? ਉਹ ਪੁੱਠ ਦਾ ਜਿਹੜਾ ਮਿੰਟ ਬਾਅਦ ਉੱਠਦਾ। ਉਹ ਜੇ ਉੱਠਦਾ ਸੀ ਤਾਂ ਤੁਸੀਂ ਘਰ ਪਕਾ ਲਿਆ, ਨਾ ਉੱਠਦਾ ਹੁੰਦਾ ਤੁਸੀਂ ਕਿੱਥੇ ਪਕਾਉਣਾ ਸੀ? ਕਰੇਲੇ ਗੋਸ਼ਤ ਪੱਕੇ ਪਾਇਆ, ਯਕੀਨ ਕਰੋ ਤਾਜ਼ਾ ਤੋੜ ਕੇ ਕਰੇਲੇ ਲਿਆਉਂਦੇ ਆ ਤੇ ਸਵੇਰੇ ਫਜਰ ਤੋਂ ਬਾਅਦ ਜਿਹੜੀਆਂ ਕਸਾਈਆਂ ਦੀ ਦੁਕਾਨ ਤੇ ਮਾਲ ਨਹੀਂ ਆਉਂਦਾ ਤਾਜ਼ਾ ਬੱਕਰੇ। ਕਰੇਲੇ ਗੋਸ਼ਤ ਪੱਕੇ ਮੋਰਜੇ ਲਾ ਕੇ ਐਸੇ ਕਰੇਲੇ ਗੋਸ਼ਤ ਭਾਈ ਦੇਸੀ ਘਿਓ ਮੰਗਾਇਆ ਪਿੰਡੋਂ, ਉਸ ਹਾਂਡੀ ਦੇ ਵਿੱਚ ਦੇਸੀ ਘਿਓ ਪਾਇਆ ਹਲਕੀ ਆਂਚ ਤੇ ਕੱਚੀ ਹਾਂਡੀ ਦੇ ਵਿੱਚ। ਕਰੇਲੇ ਕੱਟ ਕੇ ਪਕਾਏ ਕੇ ਭਰ ਕੇ ਪਕਾਏ ਆ? ਉਹ ਕਰੇਲੇ ਨੂੰ ਵਿੱਚੋਂ ਚੀਰਾ ਦਿੱਤਾ ਤੇ ਭਰ ਕੇ ਪਕਾਏ ਆ, ਹਰੇ ਰੰਗ ਦਾ ਧਾਗਾ। ਆਏ ਓਏ ਪਾਕਿਸਤਾਨੀ ਧਾਗਾ ਲਾਇਆ ਹਰੇ ਰੰਗ ਦਾ ਧਾਗਾ, ਉੱਤੋਂ ਦੇਸੀ ਘਿਓ ਪਾ ਕੇ ਵਿੱਚ ਭੋਨੀ ਲਾਈ। ਛਣ ਛਣ ਸੁਣਨ ਵਾਲੀ ਹੁੰਦੀ ਦੇਸੀ ਘਿਓ ਦੀ ਛਣ 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 ਛਣ। ਇੰਜ ਕਰਕੇ ਬਰੀਕ ਬਰੀਕ ਅਦਰਕ ਕੱਟਿਆ, ਉੱਤੇ ਧਨੀਆ ਪਾਇਆ। ਮੈਂ ਮਰ ਗਿਆ, ਕਰੇਲੇ ਹੀ ਮਾਰਨੀ ਸੀ, ਉੱਤੇ ਅਦਰਕ ਤੇ ਧਨੀਆ ਵੀ ਪਾਤਾ। ਓਏ ਅੱਗੇ ਤੇ ਸੁਣੋ ਤਾਜ਼ਾ ਆਇਆ ਤੂੰ। ਉਹ ਤੂੰ ਰਕਸ਼ਾ ਸਟਾਰਟ ਰੱਖੀ, ਮੈਨੂੰ ਕਿਸੇ ਟਾਈਮ ਵੀ ਅਟੈਕ ਹੋ ਸਕਦਾ। ਜਿਹੜੀ ਉਹਦੇ ਨਾਲ ਰੋਟੀ ਆ, ਕਣਕ ਦੀ ਰੋਟੀ ਮੱਖਣ ਨਾਲ ਚੋਪੜ ਕੇ ਮੈਂ ਮਰ ਗਿਆ। ਮੈਂ ਮਰ ਉਹ ਬੇਟੇ ਲਓ ਉਹ ਲੈ ਅਮਰਾਸੀ ਫੁੜ ਗਿਆ ਬਈ ਨਾਜ਼ਰੀਨ, ਇੱਕ ਔਰ ਅਮਰਾਸੀ ਕਰੇਲੋ ਕਿ ਸਦਮੇ ਆ ਕੇ ਮਾਰਾ ਗਿਆ। ਲੈ ਉਹ ਸਾਲਿਆ, ਮੈਂ ਰੋਟੀ ਤੇਰੇ ਘਰੋਂ ਖਾਣੀ ਆ। ਕਿਉਂ ਗਲਾਸ ਚੱਲ ਪਿਆ? ਤੇਰੀ ਭੈਣ ਕਿਹੜੇ ਗਲਾਸ ਦੀ ਗੱਲ ਕਰੀ? ਲੱਗਦਾ ਇਹਨੇ ਜੱਗ, ਇਹਨੇ ਬਗੈਰ ਮੋਟਰ ਤੋਂ ਜੱਗ ਦੇਖ ਰਿਹਾ। ਤੇਰੀ ਭੈਣ ਅਕਸਰ ਜਿਹੜਾ ਮੂਡ ਬਣਾਉਂਦੀ ਹੈ, ਲੇਕਿਨ ਅੱਜ ਕੀ ਬਣਾਇਆ? ਬਜ਼ੁਰਗਾ ਗੱਲ ਸੁਣ ਲਾ, ਜੇ ਇਹਨਾਂ ਦੇ ਘਰ ਦੇਸੀ ਮੁਰਗੀ ਪੱਕੀ ਹੈ ਨਾ, ਕੰਨ ਫਰਮ ਇਹਨਾਂ ਦੇ ਘਰ ਚ ਕੋਈ ਬਿਮਾਰ ਆ ਭਈਆ। ਤੰਦਰੁਸਤੀ ਤੁਹਾਡੇ ਘਰ ਦੇਸੀ ਵਾਲਾ ਕੰਮ ਨਹੀਂ ਹੋ ਸਕਦਾ। ਸਾਡੇ ਘਰ ਪੱਕਦਾ ਹੀ ਦੇਸੀ ਕੁੱਕੜ ਆ। ਤੁਹਾਡੇ ਘਰ ਨਹੀਂ, ਤੁਹਾਡੇ ਘਰ ਕਮਜ਼ੋਰੀ ਪਈ ਪਈ ਹੈ। ਆ ਬਲੈਲਰ ਤੇ ਅਸੀਂ ਖਾਂਦੇ ਨਹੀਂ, ਨਿਹਰੀ ਬਿਮਾਰੀ ਆ। ਹਾਂ ਨਹੀਂ ਖਾਣਾ, ਹਾਂ ਦੇਸੀ ਕੁੱਕੜ, ਦੇਸੀ ਘਿਓ ਦੇ, ਛੋਟਾ ਛੋਟਾ ਅਦਰਕ ਕੱਟ ਕੇ, ਓਏ ਦੇਸੀ ਘਿਓ ਕਿੰਨੀ ਡੇਢ, ਛੋਟਾ ਛੋਟਾ ਧਨੀਆ ਕੱਟ ਕੇ, ਹਾਏ ਹਾਏ, ਤੇ ਐ ਕਰਕੇ ਛੱਟਾ ਲਾ ਕੇ, ਜੀ ਜੀ, ਆਏ ਸੋਹਣਾ ਠੰਡਾ ਦਹੀਂ ਨਾਲ ਇੱਕ ਮੁਰਗੀ ਉਹਦੀ, ਇੱਕ ਉਹਦੀ ਖਾ ਕੇ, ਓਏ ਹੋਏ, ਕੀ ਅੰਦਰ ਐ ਕੋਲਿਆਂ ਤੇ ਜਾ ਰਿਹਾ। ਰਕਸ਼ਾ ਸਟਾਰਟ ਕਰ ਲਾ, ਕਾਰਡੀਓਲੋਜੀ ਜਾਣਾ ਹੀ ਪੈਣਾ।
ਲੰਗਰ ਬਹੁਤ ਆਲਾ ਬਣੇ ਆ, ਸਿੱਧੇ ਦਿਲ ਨੂੰ ਪੈਣੇ ਆ। ਅੱਜ ਸਾਡਾ ਪਿਓ ਜਿੰਦਾ ਹੁੰਦਾ ਉਹ ਵੀ ਸਾਡੇ ਨਾਲ ਬਹਿ ਕੇ ਰੋਟੀ ਖਾਂਦਾ। ਕਿੰਨਾ ਖੁਸ਼ ਹੋਣਾ ਜੀ ਉਹਨੇ ਦੇਸੀ ਮੁਰਗਾ ਪੱਕਾ ਸੀ ਪਾਏ, ਪਰ ਇਹਦੀ ਸ਼ਕਲ ਵੀ ਪਿਓਾਂ ਵਰਗੀ ਆ ਜਾਂ ਪਿਆਰ ਲੈਣ ਤੋਂ। ਅੱਬੂ ਜੀ ਉਧਰ ਪਿਓ ਧੀ ਮੇਰੇ ਘਰ ਆ, ਮੈਂ ਤੁਹਾਨੂੰ ਮੰਜਾ ਡਾ ਕੇ ਦਵਾਂ। ਜਿੱਡਾ ਤੁਹਾਡਾ ਪਿਓ ਧੀ ਦਾ ਪਿਆਰ ਆ ਨਾ, ਹੁਣ ਲੱਗਦਾ ਤੂੰ ਵੀ ਸਕੀ ਗੁੱਪੀ ਚੋਂ ਹੋਇਆ। ਸਦਕੇ ਹਾਂਜੀ ਕੀ ਗੱਲ ਕੀ ਆ ਅਬੂ ਜੀ? ਹਾਂਜੀ ਹਾਂਜੀ ਅਬੂ ਜੀ ਬਾਣੀ ਕੀ ਹੋ? ਹਾਂਜੀ ਹਾਂਜੀ ਤੇ ਫਿਰ ਪਿਆਰ ਦੇ ਦਿਓ। ਲਓ ਜੀ ਲਓ, ਪਿਆਰ ਵੀ ਦਿਓ ਤੇ ਨਾਲ ਹਥਿਆਰ ਵੀ ਦਿਓ। ਕੱਲ ਨੂੰ ਤੂੰ ਨਾ ਵੀਰਾ ਤੂੰ ਪਿਆਰ ਹੀ ਦੇਣਾ, ਤੂੰ 250 ਚ ਮੈਨੂੰ ਦੇ ਦੇ। ਨਹੀਂ ਫਿਰ ਤੈਨੂੰ ਮੈਂ ਕੱਲਾ ਪਿਆਰ ਨਹੀਂ ਨਾ ਦੇਣਾ, ਤੈਨੂੰ ਫਿਰ ਮੈਂ ਨਾਲ ਪਿਆਰ ਵੀ ਦੇਣਾ ਵਾ। ਜੀ ਮੇਰੀ ਭੈਣ ਨੇ ਦੇਸੀ ਮੁਰਗਾ ਪਕਾਇਆ ਨਾ, ਹਾਂਜੀ ਉਹ ਇਹਨਾਂ ਨੂੰ ਨਹੀਂ ਦੇਣਾ, ਇਹਨਾਂ ਲੜ ਜਾਣਾ, ਇਹਨਾਂ ਨੇ ਕਿਹੜਾ ਕਦੀ ਖਾਦਾ ਵਾ। ਨਹੀਂ ਨਹੀਂ ਤੂੰ ਇਦਾਂ ਕਰ, ਸਾਰਾ ਮੁਰਗਾ ਆਪਣੀ ਭੈਣ ਨੂੰ ਦੇਸੀ ਮੁਰਗਾ ਖਵਾ ਦੇ, ਇਹਨੇ ਮੈਨੂੰ ਆਪੇ ਹੀ ਲੱਭ ਲੈਣਾ। ਭਈਆ ਮੁਰਗਾ ਗਰਮ ਹੁੰਦਾ ਨਾ, ਉਹਦੇ ਨਾਲ ਜੋੜ ਜੋੜ ਠਹੀ ਹੋ ਜਾਂਦੇ। ਮੈਂ ਕਿਹਾ ਮੈਂ ਆਪਣੀ ਭੈਣ ਦਾ ਰਿਸ਼ਤਾ ਵੇਖਣ ਦਿਆ ਕਿਤੇ ਕਿੱਥੇ, ਤੁਸੀਂ ਵੀ ਵੇਖੋ ਕਿਤੇ ਰਿਸ਼ਤਾ। ਸਿਆਣੇ ਪੈਣੇ ਜੀ ਇਸ ਘਰ ਦੇ, ਉਹ ਰਿਸ਼ਤਾ ਤੇਰੀ ਭੈਣ ਦਾ ਚੰਗੇ ਕਰਤੀ ਕਰਾਂਗੇ, ਤੂੰ ਬੇਫਿਕਰ ਹੋ ਜਾ ਯਾਰ, ਅਸੀਂ ਤੇਰਾ ਸਾਥ ਕਰਦੇ ਆ, ਤੇਰਾ ਪਿਆਰ ਸਾਡੇ ਨਾਲ ਕੇ ਜਿੰਦੇ ਹੁੰਦੇ ਆਇਆ ਤੇਰਾ ਕਿਤੇ ਰਿਸ਼ਤਾ ਵੇਖਦੇ। ਇਹਦੀ ਸ਼ਕਲ ਸਾਡੇ ਮਾਮੇ ਵਰਗੀ ਆ, ਪਿਆਰ ਲੈ ਰਹਿਣ ਦੇ ਪਿਆਰ। ਚਲ ਯਾਰ ਦੁੱਧ ਅੱਛਾ ਗੱਲ ਸੁਣੀ, ਇਹ ਜਿਹੜੇ ਰਹਿ ਗਏ ਹੁਣ, ਅੱਛਾ ਦੇਸੀ ਮੁਰਗਾ ਬਣਾਇਆ ਇਹਦੇ ਕੋ ਮਾੜਾ ਸਾਲਨ ਲਾਇਆ, ਚਲ ਮੇਰੀ ਭੈਣ ਲੈ ਗਿਆ ਦੇਸੀ ਮੁਰਗਾ, ਚਲ ਲੈ ਕੇ ਆ ਜਾ। ਅੱਛਾ ਆ ਛੇਤੀ ਜਾ, ਭੁੱਖ ਲੱਗੀ, ਰੋਟੀਆਂ ਤੰਦੂਰੋਂ ਲਿਆਉਣੀਆਂ, ਰੋਟੀਆਂ ਲਿਆਉਣੀਆਂ ਯਾਰ, ਤੇਰੇ ਘਰ ਕੀ ਪਕਾ ਕਰੋ ਕਿ ਆਪਣੀਆਂ ਭੈਣਾਂ ਵੀ ਆਈਆਂ ਯਾਰ। ਆਹੋ ਯਾਰ, ਤੇ ਮੈਂ ਕਹਿੰਦਾ ਬਾਬਾ ਰਿਸ਼ਤੇ ਵਾਲਾ ਆ ਰਿਹਾ ਵਾ, ਸਭ ਤੋਂ ਪਹਿਲੇ ਮੇਰੀ ਭੈਣ ਦਾ ਵਿਆਹ ਹੋਏਗਾ। ਕਿਉਂ ਉਹ ਨੇਕੇ ਨਹੀਂ ਪੈਂਦੀ ਕਿਤੇ ਭਾਜੀ? ਮੈਂ ਕਿਹਾ ਜਲਦੀ ਜਲਦੀ, ਨਹੀਂ ਨਹੀਂ ਸਭ ਤੋਂ ਪਹਿਲੇ ਮੈਂ ਭੈਣ ਦੇਣੀ ਆ, ਮੇਰੀ ਭੈਣ ਦਾ ਵਿਆਹ ਦੇਣੀ ਆ। ਫਿਰ ਤੁਸੀਂ ਦੇਣੀ? ਮੈਂ ਤੇ ਵਿਆਹਣੀ ਆ। ਚੱਲ ਤੂੰ ਛੋਟਾ ਵਾ, ਪਹਿਲੇ ਤੇਰੀ ਮੰਨ ਲੈਨੇ ਆ। ਅੱਛਾ ਤੇਰੀ ਭੈਣ ਦਾ ਵਿਆਹ ਹੋਏਗਾ, ਫਿਰ ਮੇਰੀ ਦਾ, ਫਿਰ ਤੇਰੀ ਦਾ। ਓਕੇ ਬਸ ਬਾਬਾ ਆ ਜਾਵੇ ਸਹੀ। ਆ ਗਿਆ ਬਾਬਾ ਬਈ, ਬਾਬਾ ਜੀ ਅਸਲਾਮ ਅਲੈਕਮ, ਕੀ ਹਾਲ ਚਾਲ ਭਾਜੀ? ਅੱਜ ਤੇ ਕਲੈਪਾਂ ਵਾਲੀ ਟੋਪੀ ਆ। ਆ ਕਹਿੰਦੇ ਆ ਵਾ ਆ ਗਿਆ ਰਿਸ਼ਤੇ ਵਾਲਾ, ਮੈਨੂੰ ਪਤਾ ਲੱਗਾ ਕਿ ਵਕਤੀ ਦਾਣਾ ਤੋਏ ਸਹੀ ਆ। ਮੈਂ ਕਹਿੰਦੇ ਆ ਵਾ, ਹਾਂਜੀ ਮੈਂ ਆ ਗਿਆ ਰਿਸ਼ਤੇ ਲੈ ਕੇ, ਇਹ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੀ ਭੈਣ ਨੂੰ ਵਿਆਹ ਦੀ ਹਾਜਤ ਹੋਈ ਆ। ਸਾਡੇ ਕੋਲ ਵੀ ਐਸਾ ਰਿਕਸ਼ਾ, ਚਲ ਉਧਰ ਚੱਲ ਪਰ। ਹਾਂਜੀ ਆ ਰਿਸ਼ਤਾ ਦੇਖ ਲਓ ਏ, ਹਾਂਜੀ ਭੈਣ ਦਾ ਕਾਰੀਗਰ। ਆ ਮੁੰਡਾ ਕਿਥਾ ਹੈ? ਆ ਕਿਥਾ ਮੁੰਡਾ? ਇਹ ਨਹੀਂ ਸਹੀ, ਆ ਕਿਥਾ? ਆ ਸਹੀ ਆ, ਆ ਮਰ ਗਿਆ ਵਾ। ਬੜਾ ਦੁੱਖ ਹੋਇਆ, ਮੈਂ ਕੱਲ ਉਹਦਾ ਕਲੀਸ਼ਵਾ ਸੀਗਾ। ਹੋਰ ਕੋਈ ਵਿਖਾਓ ਅਗਲਾ। ਆ ਕਿਥਾ? ਆ ਸਹੀ ਆ, ਆ ਜੇਲ੍ਹ 'ਚ ਕੁੜੀ ਅੰਦਰ ਕਰਵਾ ਦਈਏ ਹੁਣ? ਚਲੋ ਉੱਥੇ ਵੀ ਅੰਦਰ ਹੀ ਕਰਾਉਣਾ, ਫੜ ਕੇ ਆਪ ਕਰਾਵਾਂਗੇ ਅੰਦਰ ਮੁੰਡਾ, ਬਾਅਦ ਚੋਂ ਸਾਡੇ ਹੱਥੀ ਪਿਆ ਦੇ। ਓਏ ਆਹੋ ਸੁਹਾਗ ਰਾਤ ਉੱਥੇ ਮਨਾ ਲੈਣਗੇ। ਆ ਮੁੰਡਾ ਕਿਥਾ? ਆ ਸਹੀ ਆ, ਬਿਲਕੁਲ ਠੀਕ ਆ। ਆ ਮੁੰਡਾ ਵੈਸੇ ਬਹੁਤ ਅੱਛਾ ਵਾ। ਆ ਆ ਮੁੰਡਾ ਵੇਖ ਲਓ, ਆ ਵੇਲੇ ਮੁੰਡਾ ਸਹੀ ਆ। ਆ ਮੁੰਡਾ ਕਿਥਾ? ਆ ਸਹੀ ਆ, ਹੁਣ ਵੀ ਉਂਝ ਹੀ ਆ, ਹੁਣ ਵੀ ਉਂਝ ਹੀ ਆ। ਇਹਦੀ ਲੈਟ ਤਾਂ ਬਾਲ ਮੁੰਡਾ ਹਨੇਰੇ 'ਚ ਬੈਠਾ ਵਾ, ਹਨੇਰੇ 'ਚ ਬੈਠਾ, ਉਹਨੂੰ ਪਤਾ ਵਿਆਹ ਗਲਤ ਜਗ੍ਹਾ ਤੇ ਆ। ਆ ਦੇਖ ਲਓ ਮੁੰਡਾ ਏ, ਆ ਆ ਮੁੰਡਾ ਕਿਥਾ? ਇਹ ਨਹੀਂ ਸਹੀ, ਅਗਲਾ ਦਿਖਾ। ਆ ਕਿਥਾ? ਆ ਸਹੀ ਆ, ਆ ਮੇਰੇ ਅੱਬੂ ਆ। ਇਹ ਤੇਰੇ ਅੱਬੂ ਆ? ਆਹੋ, ਇਹ ਘੋੜੀ ਕੋ ਬਣੇ ਆ? ਘੋੜੀ ਨਹੀਂ ਬਣੇ,
ਨਾਲ ਛਾਲ ਮਾਰਨ ਲੱਗ ਸੀ ਐਂ ਕਰ ਅੱਛਾ ਅੱਛਾ ਇਹ ਤੇਰੇ ਅੱਬੂ ਆ ਆਹੋ ਕੋਈ ਨਹੀਂ ਪਹਿਲੇ ਕਿਹੜਾ ਨਿਕਾਹ ਹੋਇਆ ਉਹਨਾਂ ਦਾ ਪਾਣੇ ਦੱਸੋ ਰਿਸ਼ਤਾ ਕੋਈ ਚੰਗਾ ਹੈਗਾ ਵਾ ਮੁੰਡਾ ਆਹੀ ਆ ਮੂੰਹ ਉੱਥੇ ਲੱਗਦਾ ਪੈਸੇ ਹੈ ਦੇਖੋ ਮੈਂ ਕਹਿੰਦਾ ਇੰਨਾ ਅਮੀਰ ਮੁੰਡਾ ਹਾਂਜੀ ਆਪਣਾ ਕਾਰੋਬਾਰ ਜ਼ਾਤੀ ਉਹਨੇ ਸ਼ੁਰੂ ਕਰਨਾ 10 ਲੱਖ ਰੁਪਇਆ ਜੋੜਿਆ ਵਾ ਅੱਛਾ ਜੀ ਹਾਂ 2 ਲੱਖ ਰੁਪਇਆ ਉਹਨੇ ਦੇਣਾ ਕੁੜੀ ਵਾਲਿਆਂ ਨੂੰ ਅੱਛਾ ਤਾਂ ਕਿ ਸਾਰਾ ਖਰਚਾ ਕੁੜੀ ਵਾਲੇ ਆਪ ਕਰਨ ਠੀਕ ਆ ਠੀਕ ਹੈ 2 ਲੱਖ ਰੁਪਇਆ ਦਾ ਉਹਨੇ ਕਾਰੋਬਾਰ ਕਰਨਾ ਠੀਕ ਆ 6 ਲੱਖ ਰੁਪਇਆ ਉਹਨੇ ਬੈਂਕ 'ਚ ਰੱਖਣਾ ਯਾਨੀ ਕਿ ਝੂਲਾ 10 ਲੱਖ ਦਾ 10 ਲੱਖ ਦਾ ਲੋ ਭੈਣੇ ਯਕੀਨ ਕਰੋ ਅਸੀਂ ਆ ਬੜੇ ਗਰੀਬ ਆ ਹਾਂ ਤੁਹਾਡੀ ਮਿਹਰਬਾਨੀ ਅਸੀਂ ਵੀ ਇਹ ਚੈਨਲਸ ਕੋਈ ਐਸਾ ਰਿਸ਼ਤਾ ਲੱਭੇ ਅਸੀਂ ਤੇ ਰੋਟੀ ਵੀ ਨਹੀਂ ਪਕਾ ਸਕਦੇ ਲੜਾ ਬਲਾਓ ਫਟਾਫਟ ਸਾਡੇ ਸਿਰੋਂ ਭਾਰ ਉੱਠੇ ਜਨਾਬ ਰੋਟੀ ਨਹੀਂ ਪਕਾ ਸਕਦੇ ਆਹੋ ਗਰੀਬ ਜੋ ਹੈ 2 ਲੱਖ ਤੁਸੀਂ ਦਿਓਗੇ ਹਾਂ ਤੇ ਬਲਾਓ ਫਿਰ ਤੁਸੀਂ ਲੜਾ ਕਿੱਥੇ ਚੈੱਕ ਕਰਾ ਯਾਰ ਕਿਹੜਾ ਮੁੰਡਾ ਮੈਂ ਲਾ ਕੇ ਆਇਆ ਫਟਾਫਟ ਬਲਾਓ ਲਓ